ਭਗਵੰਤ ਮਾਨ ਅਤੇ ਕੇਜਰੀਵਾਲ ਦੇ ਵਿੱਚ ਕੋਈ ਮਤਭੇਦ ਨਹੀਂ ਹਨ, ਇਹ ਸਿਰਫ ਵਿਰੋਧੀਆਂ ਵੱਲੋਂ ਫੈਲਾਈਆਂ ਗਈਆਂ ਅਫਵਾਹਾਂ ਨੇ। ਇਹ ਕਹਿਣਾ ਹੈ ਆਪ ਦੇ ਵਿਧਾਇਕ ਅਤੇ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਦਾ। ਸੇਵਾ ਸਿੰਘ ਸੇਖਵਾ ਨੂੰ ਆਪ ਦੇ ਵਿੱਚ ਸ਼ਾਮਲ ਕਰਨ ਤੋਂ ਬਾਅਦ ਕੇਜਰੀਵਾਲ ਨੇ ਅੰਮ੍ਰਿਤਸਰ ਵਿਖੇ ਆਪ ਵਿਧਾਇਕ ਦਲ ਦੀ ਮੀਟਿੰਗ ਕੀਤੀ ਕਿ ਕਿਵੇਂ ਆਗਾਮੀ ਵਿਧਾਨ ਸਭਾ ਚੋਣਾਂ ਦੇ ਵਿੱਚ ਪਾਰਟੀ ਨੂੰ ਮਜ਼ਬੂਤ ਕੀਤਾ ਜਾਵੇ। ਕਾਂਗਰਸ ਦੇ ਆਗੂਆਂ ਦੇ ਵੱਲੋਂ ਕੈਪਟਨ ਨੂੰ ਹਟਾਉਣ ਦੀ ਮੰਗ ਤੇ ਚੀਮਾ ਨੇ ਕਿਹਾ ਕਿ ਇਹੋ ਜਿਹੇ ਕਾਂਗਰਸੀ ਮੰਤਰੀ ਵਿਧਾਇਕ 4.5 ਸਾਲ ਕੈਪਟਨ ਦੇ ਨਾਲ ਸੱਤਾ ਦਾ ਸੁੱਖ ਭੋਗਦੇ ਰਹੇ ਅਤੇ ਹੁਣ ਨਵਜੋਤ ਸਿੱਧੂ ਦੀ ਗੱਡੀ ਵਿੱਚ ਬੈਠ ਗਏ ਨੇ। ਲੇਕਿਨ ਸਿੱਧੂ ਦੀ ਲੋਕਪ੍ਰਿਯਤਾ ਵੀ ਘੱਟ ਗਈ ਹੈ ਕਿਉਂਕਿ ਜਿਹੜੇ ਆਗੂ ਪੰਜਾਬ ਦੇ ਵਿੱਚ ਹਰ ਤਰ੍ਹਾਂ ਦਾ ਮਾਫੀਆ ਚਲਾਉਂਦੇ ਰਹੇ ਹਨ ਉਹ ਹੁਣ ਸਿੱਧੂ ਦੇ ਆਲੇ ਦੁਆਲੇ ਘੁੰਮ ਰਹੇ ਨੇ। ਲੇਕਿਨ ਹੁਣ ਲੋਕ ਕਾਂਗਰਸ ਨੂੰ ਮੂੰਹ ਨਹੀਂ ਲਗਾਉਣਗੇ। ਅਕਾਲੀ ਦਲ ਦੀ 100 ਦਿਨ ਦੀ ਯਾਤਰਾ ਤੇ ਕਿਹਾ ਕਿ ਪੰਜਾਬ ਦੇ ਲੋਕ ਸਭ ਤੋਂ ਵੱਧ ਨਫ਼ਰਤ ਅਕਾਲੀ ਦਲ ਨੂੰ ਕਰਦੇ ਨੇ ਕਿਉਂਕਿ ਅਕਾਲੀ ਦਲ ਦੀ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਨੇ ਖੇਤੀ ਕਾਨੂੰਨਾਂ ਨੂੰ ਪਾਸ ਕਰਨ ਦੇ ਲਈ ਸਾਈਨ ਕੀਤੇ ਸਨ ਅਤੇ ਅਕਾਲੀ ਦਲ ਦੇ ਰਾਜ ਦੇ ਵਿੱਚ ਹੀ 2015 ਅਤੇ 1986 ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਲੇਕਿਨ ਇਹਨਾਂ ਕੋਈ ਕਾਰਵਾਈ ਨਹੀਂ ਕੀਤੀ। ਅੱਜ ਦੇ ਮੁੱਖ ਮੰਤਰੀ ਦੇ ਚਿਹਰੇ ਤੇ ਕਿਹਾ ਕਿ ਅੱਜ ਕਿਸੇ ਵੀ ਪਾਰਟੀ ਨੇ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਨਹੀਂ ਕੀਤਾ ਹੈ, ਆਪ ਸਾਰਿਆਂ ਤੋਂ ਪਹਿਲਾਂ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਕਰੇਗੀ। ਕੋਈ ਵਿਵਾਦ ਨਹੀਂ, ਮੀਡੀਆ ਦੇ ਇੱਕ ਸੈਕਸ਼ਨ ਵੱਲੋਂ ਖੜਾ ਕੀਤਾ ਗਿਆ ਬਿਆਨ, ਜਿਹੜਾ ਵਿਵਾਦ ਆ ਮਾਨ ਸਾਹਿਬ ਅੰਦਰ ਬੈਠੇ ਨੇ, ਕੇਜਰੀਵਾਲ ਸਾਰੀ ਸਮੁੱਚੀ ਟੀਮ ਬੈਠੀ ਹੈ, ਕੋਈ ਕਿਸੇ ਕਿਸਮ ਦਾ ਕੋਈ ਵਿਵਾਦ ਨਹੀਂ ਹੈਗਾ। ਮੀਡੀਆ ਦੇ ਇੱਕ ਸੈਕਸ਼ਨ ਜਾਂ ਜਿਹੜੀਆਂ ਦੂਜੀਆਂ ਪਾਰਟੀਆਂ ਦੇ ਜਿਹੜੇ ਸੋਸ਼ਲ ਮੀਡੀਆ 'ਤੇ ਐਕਟਿਵ ਲੋਕ ਨੇ, ਜਿਹੜੇ ਪੇਡ ਲੋਕ ਨੇਗੇ, ਉਹ ਇਸ ਤਰ੍ਹਾਂ ਦੀਆਂ ਜਿਹੜੀਆਂ ਗਲਤ ਤਰੀਕੇ ਦੀਆਂ ਨਿਊਜ਼ ਚਲਾਉਂਦੇ ਨੇਗੇ, ਬਿਲਕੁਲ ਪਾਰਟੀ ਇੱਕਜੁੱਟ ਆ, ਸਾਰੇ ਇਕੱਠੇ ਨੇਗੇ, ਇਕੱਠੇ ਹੋ ਕੇ ਇਲੈਕਸ਼ਨ ਲੜਾਂਗੇ ਔਰ 2022 ਦੇ ਵਿੱਚ ਜਿੱਤ ਆਮ ਆਦਮੀ ਪਾਰਟੀ ਪ੍ਰਾਪਤ ਕਰੂਗਾ। ਅੰਦਰ ਕਾਂਗਰਸ ਦੇ ਵਿੱਚ ਜਿਹੜਾ ਕਾਟੂ ਕਲੇਸ਼ ਪਿਆ ਉਹਦੇ ਵਿੱਚ ਨਵਜੋਤ ਸਿੰਘ ਸਿੱਧੂ ਇੱਕ ਅਲੱਗ ਖੜਾ, ਹੁਣ ਮੰਤਰੀ ਜਿਹੜੇ ਕਹਿ ਰਹੇ ਨੇ ਕਿ ਪੰਜਾਬ ਦਾ ਬੇੜਾ ਕਰੇਗਾ, ਇਹ ਦੇਖੋ ਕਾਟੂ ਕਲੇਸ਼ ਇਹਨਾਂ ਦਾ 4.5 ਸਾਲ ਬਾਅਦ ਪਿਆ ਗਾ। 4.5 ਸਾਲ ਤੱਕ ਆ ਸਾਰੇ ਜਿਹੜੇ ਨਵਜੋਤ ਸਿੰਘ ਸਿੱਧੂ ਦੀ ਗੱਡੀ ਦੇ ਅੱਗੇ ਪਿੱਛੇ ਘੁੰਮਦੇ ਨੇਗੇ, ਇਹ ਸਾਰੇ 4.5 ਸਾਲ ਤੱਕ ਇਹਨਾਂ ਨੇ ਪੰਜਾਬ ਵਿੱਚ ਮਾਫੀਆ ਰਾਜ ਚਲਾਇਆ, ਸ਼ਰਾਬ ਦਾ ਮਾਫੀਆ ਚਲਾਉਂਦੇ ਸੀ, ਰੇਤ ਦਾ ਮਾਫੀਆ ਚਲਾਉਂਦੇ ਸੀ। ਅੱਜ ਉਹ ਕਹਿੰਦੇ ਪੰਜਾਬ ਦੇ ਭਲੇ ਵਾਸਤੇ ਅਸੀਂ ਕਹਿ ਰਹੇ ਹਾਂ। ਨਹੀਂ, ਅਸੀਂ ਜਦੋਂ ਗੱਲ ਕਰਦੇ ਸੀ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਕਿ ਆਹ ਪੰਜਾਬ 'ਚ ਕਰਪਸ਼ਨ ਚੱਲ ਰਹੀ ਆ, ਪੰਜਾਬ ਦਾ ਬੇੜਾ ਗਰਕ ਕਰਤਾ, ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਜਿਹੜੀ ਆ ਇਨਸਾਫ਼ ਦੀ ਮੰਗ ਆਮ ਆਦਮੀ ਪਾਰਟੀ ਕਰਦੀ ਹੁੰਦੀ ਸੀਗੀ, ਉਦੋਂ ਕੈਪਟਨ ਸਾਹਿਬ ਨੇ ਖੜਦੇ ਹੁੰਦੇ ਸੀਗੇ, ਉਦੋਂ ਕਹਿੰਦੇ ਕੈਪਟਨ ਸਾਹਿਬ ਬਹੁਤ ਚੰਗਾ ਗਾ। ਹੁਣ ਜਦੋਂ ਪਤਾ ਲੱਗਿਆ ਕਿ ਸਾਡੀ ਕੁਰਸੀ ਖਿਸਕ ਰਹੀ ਆ, ਹੁਣ ਜਦੋਂ ਪਤਾ ਲੱਗਿਆ ਕਿ ਸਾਨੂੰ ਪਿੰਡਾਂ 'ਚ ਵੜਨ ਨਹੀਂ ਦੇ ਰਹੇ, ਸਾਡਾ ਵਿਰੋਧ ਹੋ ਰਿਹਾ, ਹੁਣ ਕਹਿੰਦੇ ਨੇ ਇਨਸਾਫ਼ ਲੈ ਕੇ ਦੇਵਾਂਗੇ। ਸੋ ਇਹ ਸਾਰੇ ਡਰਾਮੇਬਾਜ਼ੀ ਪੰਜਾਬ ਦੇ ਲੋਕਾਂ ਨੂੰ ਪਤਾ ਹੈਗਾ ਕਿ 4.5 ਸਾਲ ਤੱਕ ਕੈਪਟਨ ਸਾਹਿਬ ਨਾਲ ਮਿਲ ਕੇ ਕਰਪਸ਼ਨ ਕਰਦੇ ਰਹੇ, ਪੰਜਾਬ ਨੂੰ ਲੁੱਟਦੇ ਰਹੇ, ਪੰਜਾਬ ਦੇ ਹਰ ਚੀਜ਼ ਨੂੰ ਬਰਬਾਦ ਕਰਦੇ ਰਹੇ, ਹੁਣ 4.5 ਸਾਲਾਂ ਬਾਅਦ ਇਹਨੂੰ ਪੰਜਾਬ ਦਾ ਇਨਸਾਫ਼ ਯਾਦ ਆ ਗਿਆ ਇਹਨਾਂ ਨੂੰ। 4.5 ਸਾਲ ਕਿਉਂ ਬੈਠੇ ਰਹੇ? ਇਹ ਸਭ ਤੋਂ ਪਹਿਲਾਂ ਅਸਤੀਫਾ ਦੇਣ, ਅਸਤੀਫਾ ਦੇ ਕੇ ਪੰਜਾਬ ਦੇ ਲੋਕਾਂ ਤੋਂ ਮਾਫ਼ੀ ਮੰਗਣ ਕਿ ਹਾਂ ਅਸੀਂ ਉਸ ਮਾਫੀਆ ਰਾਜ ਦੇ ਨਾਲ ਸੀਗੇ। ਤੁਸੀਂ ਮੈਨੂੰ ਦੱਸੋ ਜਿਨ੍ਹਾਂ ਦੇ ਨਾਮ ਸ਼ਰਾਬ ਮਾਫੀਆ 'ਚ ਆਉਂਦੇ ਸੀ, ਅੱਜ ਉਹ ਕਿੱਥੇ ਨੇਗੇ? ਅੱਜ ਉਹ ਸਰਦਾਰ ਨਵਜੋਤ ਸਿੰਘ ਸਿੱਧੂ ਦੀ ਗੱਡੀ 'ਚ ਬੈਠਦੇ ਨੇਗੇ, ਅੱਜ ਉਹ ਕਿਹਦੇ ਨਾਲ ਬੈਠੇ ਨੇਗੇ? ਕੈਪਟਨ ਅਮਰਿੰਦਰ ਸਿੰਘ ਨਾਲ ਬੈਠੇ ਨੇਗੇ। ਇੱਥੋਂ ਪਤਾ ਲੱਗਦਾ ਗਾ ਕਿ ਸਾਰੇ ਇਹ ਕਰਪਟ ਕਾਂਗਰਸੀ ਇਕੱਠੇ ਹੋਏ ਨੇਗੇ। ਇਸ ਵਾਰ ਇਹਨੂੰ ਪੰਜਾਬ ਦੇ ਲੋਕਾਂ ਨੇ ਮੂੰਹ ਨਹੀਂ ਲਾਉਣਾ, ਤਾਂ ਡਰਾਮੇਬਾਜ਼ੀ ਕਰਦੇ ਨੇ। ਸ਼੍ਰੋਮਣੀ ਅਕਾਲੀ ਦਲ ਦਾ ਕਾਫਲਾ ਵੱਧਦਾ ਪਿਆ ਜਿਹੜੇ ਨੇ, ਦੇਖੋ ਅਕਾਲੀ ਦਲ ਪੰਜਾਬ ਵਿੱਚ ਸਭ ਤੋਂ ਮੋਸਟ ਹੇਟਡ ਪਾਰਟੀ ਆ। ਪੰਜਾਬ ਦੇ ਲੋਕਾਂ ਨੂੰ ਪਤਾ ਗਾ ਪੰਥ ਦੇ ਨਾਂ 'ਤੇ ਵੋਟਾਂ ਲੈ ਕੇ ਪੰਥ ਦੀ ਪਿੱਠ ਦੇ ਵਿੱਚ ਛੁਰਾ ਮਾਰਿਆ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਇਹਨਾਂ ਦੇ ਰਾਜ 'ਚ ਹੋਈ। 1986 'ਚ ਇਹਨਾਂ ਦਾ ਰਾਜ ਸੀਗਾ, ਉਦੋਂ ਨਕੋਦਰ 'ਚ ਹੋਈ। 2015 'ਚ ਇਹਨਾਂ ਦਾ ਰਾਜ ਸੀਗਾ, ਕੋਟਕਪੂਰਾ ਬਹਿਬਲ ਕਲਾਂ ਦੇ ਵਿੱਚ ਕੀ ਹੋਇਆ ਸਭ ਨੂੰ ਪਤਾ, ਬੱਚੇ ਬੱਚੇ ਨੂੰ। ਕਿਸਾਨ ਦੇ ਨਾਂ 'ਤੇ ਵੋਟਾਂ ਲੈ ਕੇ ਕਿਸਾਨਾਂ ਦਾ ਮਸੀਹਾ ਅਖਵਾ ਕੇ, ਤੁਹਾਨੂੰ ਪਤਾ ਵੀ ਕਾਲੇ ਕਾਨੂੰਨ 'ਤੇ ਦਸਤਖਤ ਕਰਨ ਵਾਲੀ ਬੀਬਾ ਹਰਸਿਮਰਤ ਕੌਰ ਬਾਦਲ ਸਭ ਤੋਂ ਪਹਿਲਾਂ ਦਸਤਖਤ ਕਰਕੇ ਆਈ ਆ। ਦਲਿਤਾਂ ਦੇ ਨਾਂ 'ਤੇ ਜਿਹੜਾ ਹੈਗਾ ਵੋਟਾਂ ਲੈ ਕੇ ਉਹਨਾਂ ਦੇ ਬੱਚਿਆਂ ਦਾ ਵਜ਼ੀਫਾ ਖਾ ਕੇ 1200 ਕਰੋੜ ਰੁਪਏ ਦਾ ਘਪਲਾ ਇਹਨਾਂ ਦੇ ਰਾਜ 'ਚ ਹੋਇਆ। ਇਹ ਜਿਹੜੇ ਵੀ ਸੈਕਸ਼ਨ ਦੀ ਜਿਹੜੇ ਵੀ ਵਰਗ ਦੀ ਅਕਾਲੀ ਦਲ ਜਿਹੜਾ ਹੈਗਾ ਵੋਟ ਲੈਂਦਾ ਗਾ, ਫਿਰ ਉਸੇ ਵਰਗ ਨੂੰ ਨਿਰਾਸ਼ ਕਰਦਾ ਗਾ, ਉਸੇ ਵਰਗ ਦੀ ਪਿਛੋਰਾ ਮਾਰਦਾ। ਜਿੰਨਾ ਮਰਜ਼ੀ ਯਾਤਰਾ ਕਰ ਲਏ, ਜੋ ਕੁਛ ਮਰਜ਼ੀ ਕਰ ਲਏ, ਸੁਖਬੀਰ ਸਿੰਘ ਬਾਦਲ ਜਿਹੜਾ ਹੈਗਾ ਉਹਦੀ ਪਾਰਟੀ ਪੰਜਾਬ ਵਿੱਚ ਖਾਤਾ ਵੀ ਜਦੋਂ ਖੁੱਲ੍ਹਣਾ ਹੈਗਾ। ਨਵਜੋਤ ਸਿੰਘ ਦਾ ਕੈਰੀਅਰ ਕਿੱਥੇ ਵੇਖਦੇ ਜੀ ਕਾਂਗਰਸ? ਨਵਜੋਤ ਸਿੰਘ ਸਿੱਧੂ ਦਾ ਕੈਰੀਅਰ ਲੱਗਦਾ ਸੀ, ਮੀਡੀਆ ਨੇ ਬੜੀ ਹਾਈਟ ਬਣਾਈ ਜਦੋਂ ਆਇਆ, ਪ੍ਰਿੰਟ ਮੀਡੀਆ ਇਲੈਕਟ੍ਰੋਨਿਕ ਮੀਡੀਆ ਨੇ ਚੱਕਿਆ, ਪਰ ਲੇਕਿਨ ਲਗਾਤਾਰ ਉਹਦੀ ਹਵਾ ਨਿਕਲ ਰਹੀ ਹੈ ਪੰਜਾਬ ਦੇ ਬੱਚੇ ਬੱਚੇ ਨੂੰ ਪਤਾ ਹੈਗਾ। ਹੁਣ ਉਹ ਇਸ ਟਾਈਮ ਲੋਕਾਂ ਨੂੰ ਪਤਾ ਲੱਗ ਗਿਆ ਕਿ ਜਿਹੜਾ ਮਾਫੀਆ ਸੁਖਬੀਰ ਸਿੰਘ ਬਾਦਲ ਚਲਾਉਂਦਾ ਸੀਗਾ, ਜਿਸ ਮਾਫੀਆ ਨੂੰ ਕੈਰੀ ਔਨ ਕੈਪਟਨ ਸਾਹਿਬ ਨੇ ਕੀਤਾ ਸੀਗਾ, ਉਹ ਸਾਰਾ ਮਾਫੀਆ ਹੁਣ ਨਵਜੋਤ ਸਿੰਘ ਸਿੱਧੂ ਨਾਲ ਜੱਫੀਆਂ ਪਾ ਰਿਹਾ ਗਾ, ਉਹਨਾਂ ਦੇ ਘਰਾਂ 'ਚ ਨਵਜੋਤ ਸਿੰਘ ਸਿੱਧੂ ਜਾ ਰਿਹਾ। ਤੁਸੀਂ ਦੇਖੋ ਉਹ ਮਾਫੀਆ ਐਡਾ ਤਾਕਤਵਰ ਆ ਕਿ ਨਵਜੋਤ ਸਿੰਘ ਸਿੱਧੂ ਨੂੰ ਕਹਿਣਾ ਪੈ ਰਿਹਾ ਕਿ ਟਿਕਟ ਇਹਨੂੰ ਹੀ ਮਿਲੂਗੀ, ਜਿਹੜਾ ਸ਼ਰਾਬ ਦਾ ਮਾਫੀਆ ਚਲਾਉਂਦਾ ਨਾ ਉਹਦੇ ਜਾ ਕੇ ਮੋਢਿਆਂ 'ਤੇ ਹੱਥ ਰੱਖਦਾ, ਟਿਕਟ ਇਹਨੂੰ ਮਿਲੂਗੀ। ਇੱਥੋਂ ਪਤਾ ਪੰਜਾਬ ਦੇ ਲੋਕਾਂ ਨੂੰ ਪਤਾ ਲੱਗ ਗਿਆ ਕਿ ਨਵਜੋਤ ਸਿੰਘ ਸਿੱਧੂ ਵੀ ਉਸੇ ਤਰੀਕੇ ਦਾ, ਸਾਰੇ ਇਹ ਇੱਕੋ ਥਾਲੀ ਦੇ ਚੱਟੇ ਵੱਟੇ ਨੇ। ਅੰਦਰ ਕੀ ਗੱਲਬਾਤ ਚੱਲ ਰਹੀ ਹੈ ਸਾਰੇ? ਦੇਖੋ ਪਾਰਟੀ ਦੇ ਮਾਮਲਿਆਂ 'ਤੇ ਗੱਲਬਾਤ ਚੱਲ ਰਹੀ ਆ, ਪਾਰਟੀ ਨੂੰ ਹੋਰ ਕਿਵੇਂ ਮਜ਼ਬੂਤ ਕਰਨਾ ਗਾ, ਪਾਰਟੀ ਦਾ ਸੰਗਠਨ ਕਿਵੇਂ ਮਜ਼ਬੂਤ ਕਰਨਾ ਗਾ ਔਰ
बिल्कुल जो समा आऊगा उदो सीएम का चेहरा भी ऐलान करांगे। हजे तक ना कांग्रेस ने ना अकालिया ने ना भाजपा ने किसी का सीएम का चेहरा नहीं लाया। सो आम आदमी पार्टी सब तो पहला डिक्लेयर करूगी, चिंता ना करो, पंजाब का होगा, तुहाड़ा हरमन प्यारा होगा। आवाज़ कॉम टीवी लिए अमृतसर तो हिमांशु शर्मा की रिपोर्ट।